ਲੋਕਾਂ ਦੀ ਆਵਾਜ਼ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਅੱਜ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਪਹੁੰਚੇ, ਲਾਚੋਵਾਲ ਦਾ ਟੋਲ ਪਲਾਜ਼ਾ ਕਰਨਗੇ ਬੰਦ। ਅੱਜ ਸਵਾਲ ਕਰਦੇ ਹਨ ਸੁਖਬੀਰ ਬਾਦਲ ਅਤੇ ਕੈਪਟਨ, ਤੁਸੀਂ ਆਪਣੇ ਸਮੇਂ ਵਿੱਚ ਕਿਉਂ ਨਹੀਂ ਕੀਤੇ ਟੋਲ ਪਲਾਜ਼ਾ ਬੰਦ? ਆਓ ਸੁਣਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਧਮਾਕੇਦਾਰ ਟੋਲ ਪਲਾਜ਼ੇ ਵਾਲਿਆਂ ਨੂੰ ਵੀ ਕਹਿੰਦੇ ਹਾਂ, ਅਸੀਂ ਆਰਡਰ ਦੇ ਰਹੇ ਹਾਂ, ਇਹਨਾਂ ਨੂੰ ਚਿੱਠੀਆਂ ਕੱਢ ਰਹੇ ਹਾਂ। ਹਰੇਕ ਟੋਲ ਪਲਾਜ਼ਾ ਆਪਣੀ ਐਕਸਪਾਇਰੀ ਡੇਟ ਵੱਡੇ ਅੱਖਰਾਂ ਦੇ ਵਿੱਚ ਆਪਣੇ ਟੋਲ ਪਲਾਜ਼ੇ 'ਤੇ ਲਿਖ ਕੇ ਲਾਵੇ ਕਿ ਇੰਨੀ ਤਰੀਕ ਨੂੰ ਸਾਡਾ ਟੋਲ ਖਤਮ ਹੋ ਰਿਹਾ। ਅਤੇ ਨੰਬਰ 2, ਕਰੋਨਾ ਤਾਂ ਸਾਰੇ 'ਤੇ ਆਇਆ ਸੀ ਨਾ, ਇਸ ਐਕਟ ਆਫ ਗੋਡ। ਕਰੋਨਾ ਵਿੱਚ ਤਾਂ ਲੋਕਾਂ ਦਾ ਵੀ ਨੁਕਸਾਨ ਹੋਇਆ, ਨੌਕਰੀਆਂ ਛੁੱਟ ਗਈਆਂ, ਕੰਮ ਛੁੱਟ ਗਏ, ਗੱਡੀਆਂ ਬੰਦ ਹੋ ਗਈਆਂ, ਕਹਿੰਦੇ ਉਦੋਂ ਵੀ ਪੈਸੇ ਦਿਓ ਕਰੋਨਾ ਦੇ ਵੀ ਸਾਨੂੰ। ਸੋ ਇਦੋਂ ਵੱਡੀ ਲੁੱਟ ਨਹੀਂ ਹੋ ਸਕਦੀ। ਮੈਂ ਸੁਖਬੀਰ ਬਾਦਲ ਅਤੇ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ, ਜਿਹੜੇ ਰੋਜ਼ ਸਾਡੀ ਸਰਕਾਰ ਨੂੰ ਬਦਨਾਮ ਕਰਨ 'ਤੇ ਲੱਗੇ ਹੋਏ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹੋਰ ਤਾਂ ਕੋਈ ਮੁੱਦਾ ਹੈ ਨਹੀਂ, ਮੇਰੇ ਬੂਟ ਵੀ ਦੇਖੀ ਜਾਂਦੇ ਰਹਿੰਦੇ ਨੇ ਵੀ ਇਹ ਇੰਨੇ ਦੇ ਨੇ, ਉਹਦੀ ਘੜੀ ਇੰਨੇ ਦੀ ਹੈ, ਠੀਕ ਹੈ ਨਾ। ਸੋ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ, ਆਹ ਜਿਹੜਾ ਤੁਸੀਂ ਪੰਜਾਬ ਉਜਾੜਿਆ ਹੈ, ਹਜੇ ਤਾਂ ਹੋਰ ਸਾਹਿਬ ਆਉਣਗੇ, ਹਜੇ ਦੇਖਿਓ ਸਹੀ, ਤੁਸੀਂ ਹਜੇ ਤਾਂ ਖੁੱਲ੍ਹਣ ਲੱਗੇ, ਭੇਤ ਇਹਨਾਂ ਦੇ ਖੁੱਲ੍ਹਣ ਲੱਗੇ ਨੇ, ਕਿਵੇਂ ਰਲ ਕੇ ਇਹਨਾਂ ਨੇ, ਕਿਉਂ ਨਹੀਂ ਕੀਤਾ ਜੀ 15 ਸਾਲ? ਅਸੀਂ ਕਿਵੇਂ ਕਰਤਾ ਫਿਰ ਆਉਣ ਸਾਰ? ਇਹ ਪਹਿਲਾਂ ਕਰ ਸਕਦੇ ਸੀ ਟਰਮੀਨੇਟ ਇਸ ਐਗਰੀਮੈਂਟ ਨੂੰ, ਕਿ ਤੁਸੀਂ ਸ਼ਰਤਾਂ ਨਹੀਂ ਪੂਰੀਆਂ ਕਰ ਰਹੇ। ਨੋ ਐਂਬੂਲੈਂਸ ਨਹੀਂ, ਕੋਈ ਮੈਂਟੇਨੈਂਸ ਨਹੀਂ ਰੱਖੀ, ਕੋਈ ਇਹਨਾਂ ਨੇ ਸੜਕ ਨਹੀਂ ਕਿਤੋਂ ਕੋਈ ਵੀ ਕੋਈ ਮੋੜ ਹੀ ਸਿੱਧਾ ਕਰਤਾ ਹੋਵੇ, ਕੋਈ ਸੜਕ ਤਾਂ ਬਣਾ ਕੇ ਦਿੱਤੀ ਗੌਰਮੈਂਟ ਨੇ, ਪੈਸੇ ਕੁਲ ਇਕੱਠੇ ਕਰਨ ਦਾ ਟੋਲ ਲਾਤਾ ਜੀ। ਅਤੇ ਅੱਜ ਜਿਹੜੇ ਵੀ ਇੱਥੋਂ ਬੰਦੇ ਲੱਗਣਗੇ, ਅੱਜ 1,94,00,000 ਦਾ ਜਿੰਨੀਆਂ ਵੀ ਗੱਡੀਆਂ ਸੜਕ ਤੋਂ ਲੰਘਦੀਆਂ ਉਹਨਾਂ ਨੂੰ ਫਾਇਦਾ ਹੋਣ ਲੱਗ ਜੂਗਾ, ਪਰ ਡੇ ਪੈਸੇ ਬਚਣਗੇ ਲੋਕਾਂ ਦੇ। ਮਹਿੰਗਾਈ ਦੇ ਜ਼ਮਾਨੇ 'ਚ ਇਹ ਤਾਂ ਮਤਲਬ ਤੇਲ ਦੇ ਬਰਾਬਰ ਹੈ ਜੀ, ਉਹਨੇ ਦੀ ਤੇਲ ਪਾਉਂਦੇ ਹਾਂ, ਉਹਨੇ ਦੀ ਟੋਲ ਦਿੰਦੇ ਹਾਂ, ਸਮਝ ਲਓ ਤੇਲ ਦਾ ਮੁੱਲ ਦੁੱਗਣਾ ਹੋ ਗਿਆ। ਸੋ ਇਹ ਪਹਿਲਾਂ ਵੀ ਅਸੀਂ ਧੂਰੀ ਅਤੇ ਲੁਧਿਆਣੇ ਦੇ ਵਿੱਚ ਜਿਹੜੀ ਰੋਡ ਸੀਗੀ ਉਹਦੇ 2 ਟੋਲ ਪਲਾਜ਼ੇ ਬੰਦ ਕਰ ਚੁੱਕੇ ਹਾਂ। ਆਉਣ ਵਾਲੇ ਦਿਨਾਂ ਜਿਹਦੀ ਜਿਹਦੀ ਵਾਰੀ ਆਊਗੀ ਉਹਨਾਂ ਦੀਆਂ ਵੀ ਲਿਸਟਾਂ ਸਾਡੇ ਕੋਲ ਹੈਗੀਆਂ ਨੇ, ਕੋਈ ਐਕਸਟੈਂਸ਼ਨ ਨਹੀਂ, ਆਲਰੇਡੀ ਬਹੁਤ ਪੈਸੇ ਕਮਾ ਚੁੱਕੇ ਨੇ। ਮੈਂ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਚੁੱਕੀ ਸੀ ਕਿ ਜਦੋਂ ਅਸੀਂ ਗੱਡੀ ਖਰੀਦਦੇ ਹਾਂ ਉਦੋਂ ਵੀ ਅਸੀਂ ਰੋਡ ਟੈਕਸ ਦਿੰਦੇ ਹਾਂ, ਕੀਮਤ ਦਾ 8%, ਕੀਮਤ ਦਾ 9%, ਫਿਰ ਉਹ ਕਿਹੜੀਆਂ ਸੜਕਾਂ ਦਾ ਜੀ? ਜੇ ਅਸੀਂ ਸੜਕ ਹੀ ਰੈਂਟ 'ਤੇ ਲੈਣੀ ਹੈ, ਸੜਕ 83 ਰੁਪਈਆਂ 'ਚ ਆਉਣ ਜਾਣ ਹੈ ਇਹਦਾ, ਅਸੀਂ ਸੜਕ ਕਿਰਾਏ 'ਤੇ ਲੈ ਲਈ, ਅਤੇ ਫਿਰ ਜਿਹੜਾ ਅਸੀਂ ਰੋਡ ਟੈਕਸ ਦੇ ਕੇ ਆਏ ਹਾਂ ਉੱਥੇ ਗੱਡੀ ਖਰੀਦਣ ਵੇਲੇ, ਉਹ ਕਿਹੜੀਆਂ ਸੜਕਾਂ ਦਾ? ਕੋਈ ਸੜਕ ਇਹੋ ਜਿਹੀ ਦਿਖਾ ਦਿਉ ਕਿ ਜਿਹੜੀ ਟੋਲ ਤੋਂ ਬਿਨਾਂ ਹੋਵੇ, ਉਹਨੂੰ ਜਾਣ ਬੁੱਝ ਕੇ ਟੁੱਟੀ ਹੋਈ ਰੱਖਦੇ ਨੇ ਤਾਂ ਕਿ ਲੋਕ ਕਹਿਣ ਚੱਲ ਛੱਡੋ ਯਾਰ ਗੱਡੀ ਭੰਨਣ ਨਾਲੋਂ ਆਪਾਂ 80 ਰੁਪਏ ਇੱਧਰ ਹੀ ਦੇ ਦਿੰਦੇ ਹਾਂ, 85 ਇੱਧਰ ਹੀ ਦੇ ਦਿੰਦੇ ਹਾਂ। ਇੱਕ ਹੋਰ ਗੌਰਮੈਂਟ ਦਾ ਪ੍ਰੋਜੈਕਟ ਅਸੀਂ ਭਵਾਨੀਗੜ੍ਹ ਤੋਂ ਕੋਟ ਸ਼ਮੀਰ ਇੱਕ ਸਟੇਟ ਹਾਈਵੇ ਹੈ, ਉਹਦੇ 'ਤੇ 3 ਥਾਵੇਂ ਟੋਲ ਲਾਤੇ ਜੀ ਗੌਰਮੈਂਟ ਨੇ, ਮਤਲਬ ਬਣਾ ਲਏ। ਬਣਾਉਣਾ ਕੀ ਹੁੰਦਾ ਬਸ, ਇੱਕ ਇਹਦੇ ਕਿਹੜਾ ਪੋਲਿਊਸ਼ਨ ਸਰਟੀਫਿਕੇਟ ਲੈਣਾ, ਇਹ ਕਿਹੜਾ ਕੋਈ ਕੱਚਾ ਮਾਲ ਲੱਗਦਾ, ਬਸ ਪੈਸੇ ਇਕੱਠੇ ਕਰਨ ਵਾਸਤੇ ਉਹ ਡੰਡਾ ਜੀ ਲਾਉਣਾ, ਬਸ ਵੀ ਲਿਆਓ ਜੀ ਪੈਸੇ ਫੜਾ ਜਾਓ ਆਉਂਦੇ ਹੋਏ ਜਾਂਦੇ ਹੋਏ। ਨਾ ਸੜਕ ਬਣਾਈ, ਉਹ ਜਾਂਦੀ ਹੈ ਭਵਾਨੀਗੜ੍ਹ ਬਾਇਆ ਮਹਿਲਾ ਚੌਂਕ ਸੁਨਾਮ ਚੀਮਾ ਮੰਡੀ ਭੀਖੀ ਮਾਨਸਾ ਮੌੜ ਤੋਂ ਕੋਟ ਸ਼ਮੀਰ। ਮੈਂ ਪੁੱਛਿਆ ਵੀ ਇਹ ਕਿਉਂ ਲਾਤੇ ਸੀਗੇ, ਇਹ ਤਾਂ ਸੜਕ ਵੀ ਨਹੀਂ ਬਣਾਈ ਤੁਸੀਂ, ਕੁਛ ਵੀ ਨਹੀਂ ਕੀਤਾ। ਕਹਿੰਦੇ ਜੀ ਜਿਹੜਾ ਜੀਰਕਪੁਰ ਤੋਂ ਬਠਿੰਡੇ ਵਾਲਾ ਹਾਈਵੇ ਹੈ, ਕਿਤੇ ਉਹ ਤੋਂ ਉੱਤਰ ਕੇ ਲੋਕ ਇੱਧਰ ਦੀ ਨਾ ਜਾਣ ਲੱਗ ਜਾਣ, ਹੱਦ ਹੈ ਵੀ, ਮਤਲਬ ਕਿਤੇ ਟੋਲ ਨਾ ਲੋਕ ਬਚਾਉਣ ਲੱਗ ਜਾਣ, ਇਸ ਕਰਕੇ ਇੱਧਰ ਵੀ ਟੋਲ ਲਾ ਦਿਓ। ਅਸੀਂ ਕਿਹਾ ਵੀ ਇਹ ਸੜਕ ਹੀ ਜਦੋਂ ਤੁਸੀਂ ਬਣਾਈ ਨਹੀਂ, ਕੋਈ ਉਹਦੇ 'ਚ ਉਹ ਨਹੀਂ ਕੀਤਾ, ਕੋਈ ਸੁਧਾਰ ਨਹੀਂ ਕੀਤਾ, ਕੋਈ ਉਹ ਨਹੀਂ, ਅਤੇ ਉਹ ਟੋਲ ਪਲਾਜ਼ੇ ਅਸੀਂ ਤਿੰਨੋਂ, ਅਸੀਂ ਗੌਰਮੈਂਟ ਜਿਹੜੀ ਹੈ ਉਹਦੇ ਵਿੱਚ ਵੀ ਪੈਸੇ ਇਕੱਠੇ ਕਰਨ ਦਾ 3 ਠੇਕਾ ਦਿੱਤਾ ਕਿਸੇ ਕੰਪਨੀ ਨੂੰ, ਕਿ ਕਹਿੰਦੇ ਜੇ ਪੈਸੇ ਨਾ ਇਕੱਠੇ ਹੋਏ ਤੈਨੂੰ ਇੰਨੇ ਪੈਸੇ ਹੋਰ ਦੇ ਦਾਂਗੇ। ਅਸੀਂ ਉਹਦਾ ਵੀ ਅਸੀਂ ਰੱਦ ਕਰਤਾ, ਕੋਈ ਉੱਥੇ ਟੋਲ ਪਲਾਜ਼ਾ ਨਹੀਂ। ਦਰਸ਼ਕੋ, ਟੋਲ ਪਲਾਜ਼ਾ ਨੂੰ ਬੰਦ ਕਰਨ ਵਾਸਤੇ ਜੋ ਭਗਵੰਤ ਮਾਨ ਦਾ ਫੈਸਲਾ, ਤੁਹਾਨੂੰ ਕਿਸ ਤਰ੍ਹਾਂ ਲੱਗਿਆ? ਆਪਣਾ ਜਵਾਬ ਕਮੈਂਟਸ ਕਰਕੇ